जम्मू में गर्मी बहुत ज्यादा है और इस समय की तस्वीरें हम आपको जम्मू के जिवल से दिखाने की कोशिश कर रहे हैं। यहाँ पर आपको बताने चले कि एक बहुत बड़ी शबील इस समय यहाँ पर लगाई गई है और जिस तरह से आप सब लोग ये जानते हैं कि गर्मी इतनी ज्यादा है कि इस गर्मी में अगर कोई किसी को पानी ही पिला दे तो जनाब ये बहुत बड़ी बात रहती है। लेकिन इस बीच शबील जो भी लगाई गई है बहुत ही अच्छा है। आप देख सकते हैं कि किस तरह से तमाम लोग जो इस समय यहाँ से गुजरे उन्हें जो है वो ठंडा पानी जो है पिलाया जा रहा है, गुंद कतीरे वाला, और ठंड का एहसास जो है वो इस गर्मी में यहाँ पर दिलाया जा रहा है। और वहीं आप देख सकते हैं कि कई सारी जो जहाँ की महिलाएं हैं वो भी यहाँ पर आ गई हैं और जो भी यहाँ पर आप देख सकते हैं ग्लास वगैरह जो है वो धोए जा रहे हैं और लोगों को साफ सुथरा जो शबील वाला पानी है वो यहाँ पर पिलाया जा रहा है। यहाँ पर जिन लोगों द्वारा शबील लगाई गई है इनसे भी बातचीत करने की कोशिश करेंगे। सिंह साहब सब तो पहले सत श्री अकाल। वाहेगुरु जी का खालसा, वाहेगुरु जी फतेह। आज की रखना चाहोगे आज के मौके पर? आज के मौके पर अभी छह पातशाह गुरु अर्जन देव जी का शहीदी पुरब मना रहे हैं, सारा परिवार साहब मना रहे हैं ते वी लाई है। देखना अज दिन आप गुरु अर्जन देव जी ने अपने शहीदी प्राप्त की थी। एक हिंदू पंथ बजाया है ਉਸਦੀ ਯਾਦ ਦੇ ਵਿੱਚ ਅਸੀਂ ਤਸਵੀਰ ਲਾਈ ਆ, ਸਾਰੇ ਪਰਿਵਾਰ ਨੇ ਲਾਈ ਆ, ਸਾਰੀ ਸੰਗਤ ਦਾ ਬੜਾ ਧੰਨਵਾਦ ਕਰਦੇ ਆ ਕਿਉਂਕਿ ਆ ਕੇ ਪੰਜਾਬ ਛੱਡ ਰਹੇ ਨੇ, ਮੀਡੀਆ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਆ ਕੇ ਸਾਡੇ ਆ ਕੇ ਰੂਹ ਰੂਹ ਗੱਲ ਕੀਤੀ ਆ। ਜੰਮੂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੈ ਔਰ ਇਸ ਗਰਮੀ ਦੇ ਵਿੱਚ ਅਗਰ ਕਿਸੇ ਕੇ ਕੋਈ ਪਾਣੀ ਕੇ ਪਲਾਈ ਉੜਾ ਤਾਂ ਉਹ ਵੀ ਬੜੀ ਵੱਡੀ ਗੱਲ ਹੈ। ਲੇਕਿਨ ਤੁਸੀਂ ਇੱਥੇ ਸਾਰੇ ਪਰਿਵਾਰ ਨੇ ਮਿਲੀ ਐਡੀ ਸ਼ਬੀਲ ਲਾਈ ਆ, ਬਹੁਤ ਅੱਛਾ ਹੈ ਕਿ ਦੇਖੋ ਜੀ ਗਰਮੀ ਬੜੀ ਆ ਤੇ ਇਹ ਠੀਕ ਹੈ। ਸਾਡਾ ਹਿੰਦੁਸਤਾਨ ਬੜਾ ਧਰਮੀ ਦੇਸ਼ ਹੈ, ਉਹਦੇ ਵਿੱਚ ਸਾਰੇ ਇਹ ਜ਼ਰੂਰੀ ਨਹੀਂ ਵੀ ਸਿੱਖ ਹਿੰਦੂ ਵੀ ਸਾਰੇ ਸ਼ਬੀਲਾਂ ਲਾਉਂਦੇ ਆ। ਇਹ ਸ਼ਬੀਲ ਸਿੰਘ ਸਾਹਿਬ ਤੁਸੀਂ ਹਰ ਸਾਲ ਲਾਉਂਦੇ ਹੋ ਜਾਂ ਇਹ ਸਾਰੀ? ਹਰ ਸਾਲ ਕਿੰਨੇ ਸਾਲ ਹੋਈ ਹੈ ਲਗਭਗ ਸ਼ਬੀਲਾਂ? ਇਹ ਕਮ ਸੇ ਕਮ ਵੀ ਕਾਫੀ ਚਿਰ ਹੋ ਗਿਆ ਸਾਨੂੰ ਸ਼ਬੀਲ ਹੋ ਚਿਰ, ਇਹ ਜ਼ਿਆਦਾ ਨਹੀਂ ਕੋਈ 30-35 ਸਾਲ। ਬਹੁਤ ਵਧੀਆ, ਬਹੁਤ ਵਧੀਆ ਜੀ। ਜਬ ਐਸੇ ਲੋਕੋ ਸੇ ਮਿਲਨੇ ਕਾ ਮੌਕਾ ਮਿਲਤਾ ਤੋ ਕਾਫੀ ਖੁਸ਼ੀ ਹੁੰਦੀ ਹੈ। ਸਿੰਘ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਹਿੰਦੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ, ਸ਼ਬੀਲ ਲਾ ਗਏ ਲੋਕਾਂ ਵਾਸਤੇ, ਆਪਣੇ ਪਬਲਿਕ ਵਾਸਤੇ ਬੜਾ ਵਧੀਆ ਲੱਗ ਰਿਹਾ, ਅੱਛਾ ਲੱਗ ਰਿਹਾ ਸਾਨੂੰ। ਅੱਜ ਦੇ ਜ਼ਮਾਨੇ ਵਿੱਚ ਕੋਈ ਕਿਸੇ ਕੀ ਪਾਣੀ ਪਿਲਾਣਾ ਤਾਂ ਦੂਰ ਬਲਕਿ ਪੁੱਛਦਾ ਵੀ ਨਹੀਂ ਹੈ, ਲੇਕਿਨ ਤੁਸੀਂ ਤਾਂ ਨਹੀਂ ਐਸੀ ਗੱਲ ਨਹੀਂ ਹੈ, ਪਾਣੀ ਪਾਉਣਾ ਬੜਾ ਪੁੰਨ ਹੈ ਜੀ, ਸਭ ਤੋਂ ਵੱਡਾ ਇਹ ਪੁੰਨ ਮੰਨਿਆ ਗਿਆ, ਇਹ ਪੁੰਨ ਕਰਨਾ ਕਰਨਾ। ਕਾਫੀ ਖੁਸ਼ੀ ਹੋਤੀ ਹੈ ਜਬ ਇਸ ਤਰ੍ਹਾਂ ਕੀ ਤਸਵੀਰੇ ਸਾਹਮਣੇ ਆਤੀ ਹੈ। ਜੰਮੂ ਕੇ ਜਿਵਲ ਏਰੀਆ ਸੇ ਇਸ ਸਮੇਂ ਕੀ ਤਸਵੀਰੇ ਹੈ। ਯਹਾਂ ਪਰ ਇੱਕ ਬਹੁਤ ਬੜੀ ਸ਼ਬੀਲ ਯਹਾਂ ਪਰ ਲਗਾਈ ਗਈ ਔਰ ਤਮਾਮ ਲੋਕ ਆਪ ਦੇਖ ਸਕਤੇ ਹੈਂ, ਤਮਾਮ ਲੋਗੋਂ ਕੋ ਇਸ ਸਮੇਂ ਇਹ ਠੰਡਾ ਪਾਣੀ ਜੋ ਹੈ ਵੋ ਸ਼ਬੀਲ ਵਾਲਾ ਪਿਲਾਇਆ ਜਾ ਰਹਾ ਔਰ ਲੋਗੋਂ ਕੋ ਠੰਡ ਕਾ ਅਹਿਸਾਸ ਜੋ ਹੈ ਵੋ ਇਸ ਸਮੇਂ ਯਹਾਂ ਪਰ ਦਿਲਾਇਆ ਜਾ ਰਹਾ ਹੈ। ਔਰ ਲਗਭਗ ਪਿਛਲੇ 35 ਸਾਲੋਂ ਕੀ ਬਾਤ ਕਰੋ ਤੋ ਪਿਛਲੇ 35 ਸਾਲੋਂ ਸੇ ਇਹ ਸ਼ਬੀਲ ਇਸੀ ਤਰ੍ਹਾਂ ਸੇ ਯਹਾਂ ਪਰ ਲਗਾਈ ਜਾ ਰਹੀ ਹੈ। ਕਿਆ ਕਹਿਣਾ ਚਾਹੇਂਗੇ ਮੈਮ, ਆਜ ਕੁਛ ਕਹੇਂਗੇ? ਕਾਫੀ ਦੇਰ ਹੋ ਗਈ ਆ, ਪਹਿਲੇ ਸਾਡੇ ਵੱਡੇ ਲੈਣ ਗਏ, ਮੇਰੇ 16 ਸਾਲ ਸੱਸ ਸੀ, ਚਲੋ ਉਹਨਾਂ ਦੀ ਹੁਣ ਡੈਥ ਹੋ ਗਈ ਆ। ਲਾਉਂਦੇ ਰਹਿੰਦੇ ਨੇ, ਇੱਥੇ ਲਾਉਂਦੇ ਰਹਿੰਦੇ ਨੇ,
ਸ਼ਬੀਰ ਹੈ ਸਿੱਖ ਬਰਾਦਰੀ ਦੇ ਲੋਕ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਉਹਨਾਂ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਹ ਉਹਨਾਂ ਦੀ ਸ਼ੁਰੂ ਤੋਂ ਪਾਸ ਇਹੋ ਰੀਤ ਚੱਲੀ ਆਈ ਹੈ ਕਿ ਹਰੇਕ ਨੂੰ ਮਿੱਠੇ ਪਾਣੀ ਦੀ ਛੋੜ। ਬਹੁਤ ਅੱਛਾ ਹੈ ਇਹ ਤਸਵੀਰ ਹਮ ਆਪਕੋ ਇਸ ਸਮੇਂ ਕੀ ਜੰਮੂ ਕੇ ਜੀਵਲ ਸੇ ਲਗਾਤਾਰ ਦਿਖਾ ਰਹੇ ਹੈ ਔਰ ਕਿਸ ਤਰ੍ਹਾਂ ਸੇ ਆਪ ਦੇਖ ਸਕਤੇ ਹੈ ਤਮਾਮ ਲੋਗੋਂ ਕੋ ਪਾਣੀ ਜੋ ਹੈ ਵੋ ਇਸ ਸਮੇਂ ਯਹਾਂ ਪਰ ਪਿਲਾਇਆ ਜਾ ਰਹਾ ਹੈ ਔਰ ਕਾਫੀ ਸਾਰੇ ਲੋਕ ਐਸੇ ਹੈ ਜੋ ਕਿ ਯਹਾਂ ਪਰ ਇਸ ਸਮੇਂ ਜੋ ਹੈ ਪਹੁੰਚ ਰਹੇ ਹੈ। ਤੋ ਨੌਜਵਾਨੋਂ ਕੀ ਬਾਤ ਕਰੇ ਤੋ ਵੋ ਵੀ ਯਹਾਂ ਪਰ ਲਗਾਤਾਰ ਆਪ ਦੇਖ ਸਕਤੇ ਹੈ ਆਗੇ ਆਏ ਹੈ ਔਰ ਇਸੀ ਬੀਚ ਤਸਵੀਰੇ ਇਸ ਸਮੇਂ ਕੀ ਜੰਮੂ ਕੇ ਜੀਵਲ ਸੇ ਆਪਕੋ ਲਗਾਤਾਰ ਦਿਖਾਤੇ ਹੋਏ। ਗਰਮੀ ਬਹੁਤ ਜ਼ਿਆਦਾ ਹੈ ਔਰ ਗਰਮੀ ਮੈਂ ਲੋਗੋਂ ਕੋ ਠੰਡ ਕਾ ਅਹਿਸਾਸ ਦਿਲਾਨੇ ਕੇ ਲੀਏ ਇਸ ਤਰ੍ਹਾਂ ਕੀ ਸ਼ਬੀਲ ਯਹਾਂ ਪਰ ਲਗਾਈ ਹੈ। ਕੁਛ ਕਹਿਣਾ ਚਾਹੇਂਗੇ ਭਾਈ ਸਾਹਿਬ? ਤੋ ਫਿਲਹਾਲ ਆਪ ਸਭ ਲੋਕ ਵੀ ਕਿਹਾ ਸਰ ਠੀਕ ਹੋ? ਚਲੀਏ ਜੀ ਇਸ ਸਮੇਂ ਕੀ ਤਸਵੀਰ ਜੀਵਲ ਸੇ ਦਿਖਾਣੇ ਕੀ ਕੋਸ਼ਿਸ਼ ਕਰੀਏ। ਯਹਾਂ ਪਰ ਆਜ ਇੱਕ ਬਹੁਤ ਬੜੀ ਸ਼ਬੀਲ ਯਹਾਂ ਪਰ ਲਗਾਈ ਗਈ ਥੀ ਵੈਸੇ ਮੈਂ ਚਾਹਾ ਕਿ ਕਿਉਂ ਨਾ ਆਪ ਲੋਗੋਂ ਕੋ ਵੀ ਇਸ ਤਰ੍ਹਾਂ ਕੀ ਜੋ ਹੈ ਵੋ ਤਸਵੀਰੇ ਦਿਖਾਈ ਜਾਏ। ਤੋ ਫਿਲਹਾਲ ਆਪ ਜਨਤਾ ਵੀ ਆਪਣੇ ਆਪਣੇ ਸੁਝਾਅ ਜ਼ਰੂਰ ਦੇਖ ਰਹੇ ਜੰਮੂ ਟ੍ਰਿਬਿਊਨ ਕੈਮਰਾ ਪਰਸਨ ਅਭਿਸ਼ੇਕ ਕੇ ਸਾਥ ਨਰਿੰਦਰ ਸਿੰਘ ਠਾਕੁਰ ਜੰਮੂ।